ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਵਾਇਸ ਆਫ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਕੁਝ ਦਿਨਾਂ ਤੋਂ ਬਟਾਲਾ ਦੇ ਨftej ਹਮੈਨਟੀ ਹਸਪੀਟਲ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਜਿਸ ਦੇ ਚੱਲਦਿਆਂ ਹਾਲਾਤ ਕੁਝ ਐਦਾਂ ਦੇ ਬਣੇ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਉਸ ਹਸਪੀਟਲ ਤੋਂ ਸਾਰੇ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਗਿਆ ਹੈ ਆਓ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ ਹੈ ਤੇ ਕੀ ਆਪਣਾ ਅੱਗੇ ਪ੍ਰਸ਼ਾਸਨ ਦੀ ਕੀ ਕਾਰਵਾਈ ਚੱਲ ਰਹੀ ਹੈ ਨftej ਹਾਨਾ ਕੋਲ ਰੈਫਰ ਵੀ ਕਿਤੇ ਲੈ ਕੇ ਜਾ ਰਿਹਾ ਇਸ ਬਾਰੇ ਤੁਹਾਡਾ ਕੀ ਕਹਿਣਾ ਕਿੱਥੇ ਲੈ ਕੇ ਜਾ ਰਿਹਾ ਸਾਨੂੰ ਜਾਣਕਾਰੀ ਦੇ ਦੋ ਸਾਡਿਆਂ ਨੂੰ ਇਹ ਕੈਂਸਰ ਦਾ ਪੇਸ਼ੈਂਟ ਆ ਜ਼ਿਲ੍ਹੇ ਦੇ ਵਿੱਚ ਪਹਿਲੀ ਸਰਜਰੀ ਹੋਈ ਹੈ ਕੈਂਸਰ ਦੀ ਹਾਂਜੀ ਇਸ ਮਰੀਜ਼ ਨੂੰ ਐਂਬੂਲੈਂਸ ਇਹਨਾਂ ਨੇ ਮੰਗਵਾਈ ਵੀ ਆਪਾਂ ਪਤਾ ਨਹੀਂ ਵਿਚਾਰੇ ਨੂੰ ਕਿੱਥੇ ਲੱਗੇ ਖੜਨ ਮਰੀਜ਼ ਵੀ ਵਿਚਾਰਾ ਪਰੇਸ਼ਾਨ ਆ ਪਤਾ ਨਹੀਂ ਕਿੱਥੇ ਲੱਗੇ ਖੜਨ ਪਰ ਐਂਬੂਲੈਂਸ ਦੇ ਵਿੱਚ ਪੂਰਾ ਘੱਟਾ ਮਿੱਟੀ ਨਾਲ ਭਰੀ ਹੋਈ ਹੈ ਇਸ ਮਰੀਜ਼ ਉਹਦੇ ਵਿੱਚ ਵਿਚਾਰਾ ਕਿੱਦਾਂ ਚਲਾ ਜਾਏਗਾ ਪਰ ਖੜਨਾ ਅਜੇ ਪਤਾ ਨਹੀਂ ਕਿੱਥੇ ਜਿਹੜਾ ਹਸਪੀਟਲ ਦੇ ਵਿੱਚ ਆਈਸੀਯੂ ਇੱਥੇ ਆ ਡਾਕਟਰ ਸਾਡੇ ਕੋਲ ਨੇ ਹਰ ਫੈਸਿਲਿਟੀ ਸਾਡੇ ਕੋਲ ਆ ਪ੍ਰੋਪਰ ਇੱਕ ਲਗਜ਼ਰੀ ਹਸਪੀਟਲ ਆ ਇਦੇ ਵਿੱਚ ਕਿਹੜੀ ਕਮੀ ਆ ਕਿ ਜਿਹੜੀ ਇਹ ਮਰੀਜ਼ਾਂ ਨੂੰ ਹੋਰ ਕਿਤੇ ਖੜ ਕੇ ਉੱਥੇ ਮਤਲਬ ਫੈਸਿਲਿਟੀ ਦਿੱਤ ਤੁਹਾਨੂੰ ਲੱਗਦਾ ਤੇ ਤੁਹਾਡੇ ਹਸਪੀਟਲ ਸਸਤੇ ਇਲਾਜ ਵਾਸਤੇ ਵਧੀਆ ਸੁਵਿਧਾ ਦੇਣ ਵਾਸਤੇ ਜਾਣਦੇ ਜਾਂਦੇ ਲੋਕੇ ਸਾਰੇ ਜਾਣਕਾਰ ਨੇ ਤੁਹਾਨੂੰ ਲੱਗਦਾ ਇਹਨਾਂ ਨੂੰ ਕਿਤੇ ਹੋਰ ਹਸਪੀਟਲ ਤੇ ਉਹ ਸੁਵਿਧਾਵਾਂ ਮਿਲ ਸਕਦੀਆਂ ਉਸ ਤਰੀਕੇ ਦਾ ਭਾਜੀ ਸਰਜਰੀ ਪਹਿਲੀ ਹੋਈ ਹੈ ਕੈਂਸਰ ਦੀ ਜ਼ਿਲ੍ਹੇ ਦੇ ਵਿੱਚ ਹਿਸਟਰੀ ਦੇ ਵਿੱਚ ਪਹਿਲੀ ਸਰਜਰੀ ਦਿੱਲੀ ਤੋਂ ਡਾਕਟਰ ਮਗਵਾ ਕੇ ਕੀਤੀ ਆ 5 ਲੱਖ ਦਾ ਖਰਚਾ ਸੀ ਇਹਨਾਂ ਦਾ ਜਿੱਥੇ ਫ੍ਰੀ ਆਫ ਕੋਸ ਸਰਜਰੀ ਹੋਈ ਪੇਸ਼ੈਂਟ ਦੀ ਗੋਡੇ ਤੱਕ ਚੂਲੇ ਤੱਕ ਇੱਥੇ ਬਦਲੇ ਜਾਂਦੇ ਨੇ ਹਰ ਫੈਸਿਲਿਟੀ ਆ ਇਹ ਸਾਨੂੰ ਹਾਡੇ ਨਾਲ ਸਾਡਾ ਸਹਿਯੋਗ ਦੇਣ ਅਸੀਂ ਇੱਥੇ ਇਲਾਜ ਕਰਨ ਲਈ ਤਿਆਰ ਆ ਜਿਹੜੇ 2 4 5 ਮਰੀਜ਼ ਨੇ ਸਾਡੇ ਡਾਕਟਰਾਂ ਨੂੰ ਇਜਾਜ਼ਤ ਦੇਣ ਸਾਡੇ ਡਾਕਟਰ ਇੱਥੇ ਕੇਅਰ ਕਰਨ ਲਈ ਤਿਆਰ ਆ ਮਰੀਜ਼ਾਂ ਦੀ ਆਪਣਾ ਤੁਹਾਨੂੰ ਪਤਾ ਕਿਸ ਕਿਹੜੇ ਹਸਪੀਟਲ ਦੇ ਅੱਗੇ ਜਾ ਰਹੇ ਹਨ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਜਾ ਰਿਹਾ ਹੈ ਕੋਈ ਦੱਸ ਰਿਹਾ ਪ੍ਰਸ਼ਾਸਨ ਤੁਹਾਨੂੰ ਕਿ ਕਿੱਥੇ ਲੈ ਕੇ ਜਾਣਾ ਇਹਨਾਂ ਨੂੰ ਆਪਾਂ ਕਿੱਥੇ ਜਾ ਰਹੇ ਇਹਨਾਂ ਨੂੰ ਸਰਕਾਰੀ ਹਸਪਤਾਲ ਦੇ ਅੱਗੇ ਖੜਨਾ ਭਾਜੀ ਪੇਸ਼ੈਂਟ ਜਾ ਹੀ ਨਹੀਂ ਸਕਦਾ ਸਰਕਾਰ ਤੁਸੀਂ ਐਂਬੂਲੈਂਸ ਦਾ ਪਹਿਲਾਂ ਹਾਲ ਦੇਖੋ ਜੀ ਜਿਸ ਜਿਸ ਐਂਬੂਲੈਂਸ ਵਿੱਚ ਖੜਨਾ ਇਹਨਾਂ ਨੇ ਅਜਰਾ ਐਂਬੂਲੈਂਸ ਖੋਲਿਓ ਆ ਦੇਖੋ ਆ ਸੰਗੂਨ ਸਵਿਚ ਖੜਦਾ ਹੈ ਕੈਂਸਰ ਦਾ ਮਰੀਜ਼ ਜਿਹੜਾ ਆ ਦੇਖ ਇਹਦੇ ਵਿੱਚ ਆ ਆ ਸਟ੍ਰਕਚਰ ਇਹ ਕੈਂਸਰ ਦਾ ਕ੍ਰਿਟੀਕਲ ਪੇਸ਼ੈਂਟ ਆ ਇਹ ਸਾਡੇ ਦੇਸ਼ ਦਾ ਹਾਲ ਆ ਜੇ ਕੋਈ ਬੰਦਾ ਕਰ ਰਿਹਾ ਕੁਝ ਉਹਨੂੰ ਡਿਮੈਰੋਰਾਇਜ਼ ਕਰ ਰਹੇ ਨੇ ਉਹਨੂੰ ਪਰੇਸ਼ਾਨ ਮੈਨੂੰ ਦਹਾਕਿਆਂ ਤੋਂ ਇਹਨਾਂ ਨੇ ਪਰੇਸ਼ਾਨ ਕੀਤਾ ਇਹ ਤੁਹਾਡਾ ਹੁਣ ਪ੍ਰਸ਼ਾਸਨ ਅੱਗੇ ਕੀ ਕਹਵਾਰਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜੀ ਪੰਜਾਬ ਲੈਵਲ ਤੇ ਪ੍ਰੋਟੈਸਟ ਕਰਾਂਗੇ ਮੇਰੀ ਸਾਰੇ ਪੰਜਾਬ ਵਾਸੀ ਵੀਰਾਂ ਨੂੰ ਲੋੜ ਕੇ ਅੱਜ ਸਾਨੂੰ ਢੱਡੀ ਲੋੜ ਆ ਜੇ ਸਾਨੂੰ ਇਹਨਾਂ ਨੇ ਇਦਾਂ ਤੰਗ ਕੀਤਾ ਤੇ ਅਸੀਂ ਪੰਜਾਬ ਲੈਵਲ ਤੇ ਪ੍ਰੋਟੈਸਟ ਕਰਾਂਗੇ ਜੇ ਅੱਜ ਜੇ ਸਾਡੇ ਕਿਸੇ ਮਰੀਜ਼ ਦੀ ਮੌਤ ਹੋ ਗਈ ਅਗਰ ਇਸ ਮਰੀਜ਼ ਦੀ ਜਿੰਨੇ ਮਰੀਜ਼ ਇੱਥੋਂ ਗਏ ਨੇ ਕਿਸੇ ਦੀ ਵੀ ਮੌਤ ਹੋ ਗਈ ਤੇ ਪੰਜਾਬ ਲੈਵਲ ਤੇ ਸਾਡਾ ਪ੍ਰੋਟੈਸਟ ਹੋਏਗਾ ਇਹਦੇ ਅਸਲ ਤੇ ਇਸ ਹਸਪਤਾਲ ਚ ਕੁਝ ਪੇਸ਼ੈਂਟ ਜਿਹੜੇ ਆ ਕਰੋਨਾ ਪਾਸਟਰ ਨੇ ਡਾਕਟਰ ਵੀ ਆਇਆ ਕੋਈ ਸਟਾਫ ਮੈਂਬਰ ਆਇਆ ਕੋਈ ਪੇਸ਼ੈਂਟ ਆਇਆ ਸੀ ਅ ਕਈਆਂ ਪੇਸ਼ੈਂਟਸ ਨੂੰ ਅਸੀਂ ਟੈਸਟ ਕੀਤੇ ਸੀ ਉਹ 네ਗਟਿਵ ਆਏ ਸੀ ਉਹ ਕੁਝ ਪੇਸ਼ੈਂਟ ਇੱਥੇ ਥੋੜੀ ਕ੍ਰੋਨਿਕ ਡਿਜ਼ੀਜ਼ ਨਾਲ ਸੀ ਜਿਨ੍ਹਾਂ ਨੂੰ ਇੱਥੇ ਹੋਲਡ ਕੀਤਾ ਸੀ ਇੱਥੇ ਕੁਆਰੰਟਾਈਨ ਕੀਤਾ ਸੀ ਹੁਣ ਕਿਉਂਕਿ ਹੈਲਥ ਫੈਸਿਲਿਟੀ ਨੂੰ ਇਹ ਹੈਗਾ ਕਿ ਇਹ ਇਹ ਪ੍ਰੋਬਲਮ ਐਕਸਪੈਂਡ ਨਾ ਕਰੇ ਐਕਸਪਲੋਰ ਨਾ ਕਰੇ ਇਸ ਕਰਕੇ ਇਹਨਾਂ ਨੂੰ ਸਿਹਤ ਸੌਂ ਜਿਹੜੀਆਂ ਸਰਕਾਰ ਵੱਲੋਂ ਉੱਥੇ ਭੇਜਦੇ ਹਾਂ ਸਾਰੇ ਇਹਨਾਂ ਨੂੰ ਸਿਵਲ ਹਸਪੀਟਲ ਦਾ ਐਫਰ ਕੀਤਾ ਜਾ ਰਿਹਾ ਹੈ ਸਿਵਲ ਹਸਪੀਟਲ ਭੇਜ ਰਿਹਾ ਹੈ ਡਾਕਟਰ ਜੀ ਡਿਸਟ੍ਰਿਕਟ ਹੌਸਪੀਟਲ ਸਰ ਉੱਥੇ ਇੰਤਜ਼ਾਮ ਪੂਰੇ ਨੇ ਇਹਨਾਂ ਦੇ ਵਾਸਤੇ ਹਰ ਤੰਦਸ ਸਪੈਸ਼ਲਿਸਟ ਹਰ ਤੰਦਸ ਸਪੈਸ਼ਲਿਸਟ ਆਰ ਜੋ ਡਾਕਟਰ ਦੇਖ ਕੇ ਜ਼ਰੂਰੀ ਸਮਝਣਗੇ ਉਹ ਅੱਗੇ ਵੀ ਉਹਨਾਂ ਨੂੰ ਹਾਈ ਸੈਂਟਰ ਦੇ ਭੇਜ ਸਕਦੇ ਜਿੱਦਾਂ ਸਰ ਉਹਨਾਂ ਨਵਤੇਜ ਜੀ ਕਹਿ ਰਹੇ ਸੀ ਉਹ ਕੈਂਸਰ ਦਾ ਪੇਸ਼ੈਂਟ ਹੀ ਜਿਸ ਦੀ ਸਰਜਰੀ ਹੋਈ ਹੈ ਉਹਨਾਂ ਨੂੰ ਰੈ퍼 ਕੀਤਾ ਜਾ ਰਿਹਾ ਕਿ ਉਹ ਵੀ ਕਰੋਨਾ ਪੋਜ਼ਿਟਿਵ ਹੀ ਕਿ ਉਹ ਸਿਰਫ ਕੈਂਸਰ ਦਾ ਇਲਾਜ ਕਰ ਕੈਂਸਰ ਦਾ ਇਲਾਜ ਆ ਪਰ ਕਰੋਨਾ ਦਾ ਇੱਥੇ ਹਾਈ ਰਿਸਕ ਏਰੀਆ ਉਹ ਪੇਸ਼ੈਂਟ ਨੂੰ ਹਾਈ ਰਿਸਕ ਏਰੀਆ ਚ ਅਸੀਂ ਇੱਥੇ ਨਹੀਂ ਰੱਖ ਸਕਦੇ ਉਹਨੂੰ ਸੇਫ ਜਗ੍ਹਾ ਤੇ ਪਟਾਉਣਾ ਬਹੁਤ ਜ਼ਰ ਬਟਾਲਾ ਦੇ ਐਸਐਮਓ ਜਿਨ੍ਹਾਂ ਦਾ ਕਹਿਣਾ ਕਿ ਇਸ ਹਸਪਤਾਲ ਤੋਂ ਸਾਰੇ ਪੇਸ਼ੈਂਟਸ ਨੂੰ ਡਿਸਟ੍ਰਿਕਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕੀ ਉਹਨਾਂ ਦਾ ਕਰੋਨਾ ਟੈਸਟ ਵੀ ਕੀਤਾ ਜਾਏਗਾ ਨਾਲ ਹੀ ਨਾਲ ਉਹਨਾਂ ਦਾ ਬਾਕੀ ਬੰਦਾ ਇਲਾਜ ਉੱਥੇ ਹੀ ਹਸਪਤਾਲ ਵਿੱਚ ਦੇਖਿਆ ਜਾਏਗਾ ਕੈਮਰਾਮੈਨ ਸਾਹਿਲ ਦੇ ਨਾਲ 파ਰਸ ਭਗਤ ਵਸਪਾ ਪੰਜਾਬ ਬਟਾਲਾ